ਨਵੇਂ ਖੇਤੀ ਕਾਨੂੰਨਾਂ ਖਿਲਾਫ 1 ਸਾਲ ਦੀ ਲੜਾਈ ਲੜਨ ਮਗਰੋਂ ਮੋਰਚਾ ਫਤਿਹ ਕਰਕੇ ਕਿਸਾਨਾਂ ਨੇ ਘਰ ਵਾਪਸੀ ਦਾ ਕੀਤਾ ਐਲਾਨ। ਸਰਕਾਰ ਵੱਲੋਂ ਭੇਜੇ ਡਰਾਫਟ ਤੇ ਸਹਿਮਤੀ ਬਣਨ ਤੋਂ ਬਾਅਦ ਕੀਤੀ ਗਈ ਅਹਿਮ ਮੀਟਿੰਗ। ਸੰਯੁਕਤ ਕਿਸਾਨ ਮੋਰਚੇ ਨੇ ਕਿਸਾਨ ਅੰਦੋਲਨ ਖਤਮ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ 11 ਦਸੰਬਰ ਨੂੰ ਸਵੇਰੇ 9 ਵਜੇ ਕੀਤੀ ਜਾਵੇਗੀ ਘਰ ਵਾਪਸੀ। ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋਏ ਸੁੱਚਾ ਸਿੰਘ ਛੋਟੇਪੁਰ, ਸੁਖਬੀਰ ਸਿੰਘ ਬਾਦਲ ਨੇ ਸਿਰੋਪਾ ਪਾ ਕੇ ਕੀਤਾ ਸਵਾਗਤ। ਨਾਲ ਹੀ ਛੋਟੇਪੁਰ ਨੂੰ ਪਾਰਟੀ ਦਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਕੀਤਾ ਨਿਯੁਕਤ ਅਤੇ ਬਟਾਲਾ ਦੀ ਸੀਟ ਤੋਂ ਬਣਾਇਆ ਉਮੀਦਵਾਰ। ਛੋਟੇਪੁਰ ਆਪਣੇ ਕਈ ਸਾਥੀਆਂ ਨਾਲ ਹੋਏ ਅਕਾਲੀ ਦਲ 'ਚ ਸ਼ਾਮਿਲ। ਲੁਧਿਆਣਾ ਵਿਖੇ ਪਹੁੰਚੇ ਪੰਜਾਬ ਸੀਐਮ ਚਰਨਜੀਤ ਸਿੰਘ ਚੰਨੀ ਨੇ ਜੰਗੇ ਆਜ਼ਾਦੀ ਦੇ ਪਹਿਲੇ ਸ਼ਹੀਦ ਬਾਬਾ ਮਹਾਰਾਜ ਸਿੰਘ ਦੀ ਮੂਰਤੀ ਦਾ ਕੀਤਾ ਉਦਘਾਟਨ। ਲੁਧਿਆਣਾ ਦੇ ਮਲੌਦ ਨੇੜੇ ਪਿੰਡ ਰੱਬੋ ਵਿਖੇ ਕਾਂਸੇ ਦਾ ਲਗਾਤਾਰ ਵੱਧ ਰਹੀਆਂ ਸੀ ਪੈਟਰੋਲ ਡੀਜ਼ਲ ਦੀਆਂ ਕੀਮਤਾਂ, ਫਿਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਮਝੀ ਆਪਣੇ ਲੋਕਾਂ ਦੀ ਤਕਲੀਫ ਤੇ ਦੇ ਦਿੱਤਾ ਵੱਡਾ ਤੋਹਫਾ। ਪੰਜਾਬ ਸਰਕਾਰ ਨੇ ਅੱਜ ਵੱਡਾ ਫੈਸਲਾ ਲੈ ਕੇ ਪੈਟਰੋਲ ਦੇ ਰੇਟ ਅਸੀਂ 10 ਰੁਪਈਏ ਘੱਟ ਕਰ ਰਹੇ ਹਾਂ, ਅੱਜ ਹੀ ਰਾਤ ਤੋਂ 10 ਰੁਪਈਏ। 5 ਰੁਪਈਏ ਡੀਜ਼ਲ ਦੇ ਰੇਟ ਅੱਜ ਤੋਂ ਹੀ ਰਾਤ ਤੋਂ ਅਸੀਂ ਘੱਟ ਕਰ ਦਾਂਗੇ, ਜਿਹੜਾ ਕਿ ਪਿਛਲੇ 70 ਸਾਲਾਂ ਦੇ ਵਿੱਚ ਕਦੇ ਮੈਂ ਸੁਣਿਆ ਨਹੀਂ ਕਿ ਇੰਨਾ ਰੇਟ ਵੀ ਕਦੇ ਘਟਿਆ ਹੋਵੇ। ਪੰਜਾਬ ਦੇ ਵਿੱਚ 5 ਰੁਪਏ ਡੀਜ਼ਲ ਤੇ 10 ਰੁਪਏ ਹੋਰ ਸਸਤਾ ਕੀਤਾ ਪੈਟਰੋਲ। ਵੀ ਆਰ ਵੈਰੀ ਥੈਂਕਫੁਲ ਫॉर द ਚੰਨੀ ਸਰ। ਤਾਂ ਹੀ ਤਾਂ ਸੀਐਮ ਚੰਨੀ ਤੋਂ ਸਦਕੇ ਜਾਂਦੇ ਨੇ ਪੰਜਾਬ ਦੇ ਲੋਕ। ਵਧੀਆ ਗੱਲ ਆ, ਸਸਤਾ ਹੋ ਗਿਆ ਜੀ, ਚੰਗੀ ਗੱਲ ਆ, ਮਾੜਾ ਮੋਟਾ ਸਾਹ ਆਊਗਾ ਜੀ ਸਾਨੂੰ ਵੀ ਜੀ। ਬਹੁਤ ਫਰਕ ਪੜਤਾ ਹੈ, 10 ਰੁਪਏ ਸੇ ਵੀ ਬਹੁਤ ਜ਼ਿਆਦਾ ਫਰਕ ਪੜਤਾ ਹੈ। ਬੈਨੀਫਿਟ ਸਾਨੂੰ ਹੋਇਆ। ਘਰ ਘਰ ਚੱਲੀ ਗੱਲ, ਪੰਜਾਬ ਸਰਕਾਰ ਕਰਦੀ ਮਸਲੇ ਹੱਲ। ਆਇਆ ਗਿਆ ਇਹ ਬੁੱਤ, ਇਸ ਮੌਕੇ ਸੰਸਦ ਮੈਂਬਰ ਅਮਰ ਸਿੰਘ, ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਵੀ ਰਹੇ ਮੌਜੂਦ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ 'ਚ ਹਾਈਕੋਰਟ ਵੱਲੋਂ SIT ਨੂੰ ਦਿੱਤੇ ਗਏ ਹੁਕਮ, ਡੇਰੇ ਦੇ ਵਾਈਸ ਚੇਅਰਮੈਨ ਪ੍ਰਿਥਵੀ ਰਾਜ ਨੈਣ ਤੋਂ ਡੇਰੇ ਜਾ ਕੇ ਕੀਤੀ ਜਾਵੇਗੀ ਪੁੱਛਗਿੱਛ। ਕੋਰਟ ਦਾ ਕਹਿਣਾ, 60 ਸਾਲ ਤੋਂ ਜ਼ਿਆਦਾ ਉਮਰ ਦੇ ਵਿਅਕਤੀ ਤੋਂ ਉਸਦੇ ਕੋਲ ਜਾ ਕੇ ਹੀ ਕਰਨੀ ਹੋਵੇਗੀ ਪੁੱਛਗਿੱਛ। ਫਰੀਦਕੋਟ ਦੇ ਹਰਿੰਦਰਾ ਨਗਰ ਦੀ ਰਹਿਣ ਵਾਲੀ 17 ਸਾਲ ਦੀ ਨੈਸ਼ਨਲ ਸ਼ੂਟਰ ਖੁਸ਼ ਸੀਰਤ ਕੌਰ ਨੇ ਕੀਤਾ ਸੁਸਾਈਡ। ਇਸ ਸਾਲ ਕੋਈ ਮੈਡਲ ਨਾ ਮਿਲਣ ਕਰਕੇ ਸੀ ਪਰੇਸ਼ਾਨ। ਪਿਛਲੇ ਸਾਲ 11 ਨੈਸ਼ਨਲ ਗੋਲਡ ਮੈਡਲ ਜਿੱਤ ਚੁੱਕੀ ਸੀ ਖੁਸ਼ ਸੀਰਤ ਕੌਰ, ਸਵਿਮਿੰਗ 'ਚ ਵੀ ਜਿੱਤਿਆ ਸੀ ਗੋਲਡ ਮੈਡਲ। ਤਮਿਲਨਾਡੂ ਦੇ ਕਨੂਰ ਵਿੱਚ ਹੈਲੀਕਾਪਟਰ ਕ੍ਰੈਸ਼ ਹਾਦਸੇ 'ਚ ਸੈਨਾ ਦੇ CDS ਬਿਪਿਨ ਰਾਵਤ, ਉਹਨਾਂ ਦੀ ਪਤਨੀ ਮਧੁਲਿਕਾ ਸਣੇ 13 ਲੋਕਾਂ ਦੀ ਮੌਤ ਹੋਈ, ਜਿਸ 'ਚ ਤਰਨ ਤਾਰਨ ਦੇ ਪਿੰਡ ਦੋ ਸੋਡੀਆਂ ਦਾ ਰਹਿਣ ਵਾਲਾ ਇੱਕ ਜਵਾਨ ਵੀ ਸ਼ਹੀਦ ਹੋ ਗਿਆ। ਨਾਇਕ ਗੁਰਸੇਵਕ ਸਿੰਘ ਬਿਪਿਨ ਰਾਵਤ ਸੁਰੱਖਿਆ ਦੇ ਦਸਤੇ ਦਾ ਮੈਂਬਰ ਸੀ। ਸ਼ਹਾਦਤ ਦੀ ਖਬਰ ਸੁਣਦਿਆਂ ਹੀ ਗੁਰਸੇਵਕ ਦੇ ਘਰ ਅਤੇ ਇਲਾਕੇ ਵਿੱਚ ਛਾਇਆ ਮਾਤਮ। ਦੇਸ਼ ਦੇ ਪਹਿਲੇ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਦੀ ਹੈਲੀਕਾਪਟਰ ਹਾਦਸੇ ਵਿੱਚ ਮੌਤ ਦੇ ਸੰਬੰਧ ਵਿੱਚ ਰੱਖਿਆ ਮੰਤਰੀ ਰਾਜਨਾਥ ਨੇ ਅੱਜ ਲੋਕ ਸਭਾ ਨੂੰ ਸੰਬੋਧਿਤ ਕਰਦਿਆਂ ਦੱਸਿਆ ਕਿ ਤਿੰਨਾਂ ਸੈਨਾਵਾਂ ਦੇ ਟੀਮ ਨੇ ਏਅਰ ਮਾਰਸ਼ਲ ਮਨਵਿੰਦਰ ਸਿੰਘ ਦੀ ਅਗਵਾਈ 'ਚ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਰੱਖਿਆ ਅਧਿਕਾਰੀਆਂ ਨੇ ਤਮਿਲਨਾਡੂ ਵਿੱਚ ਹਾਦਸਾ ਗ੍ਰਸਤ ਹੋਏ ਭਾਰਤੀ ਹਵਾਈ ਸੈਨਾ ਦੇ ਹੈਲੀਕਾਪਟਰ ਦਾ ਫਲਾਈਟ ਰਿਕਾਰਡਰ ਯਾਨੀ ਬਲੈਕ ਬਾਕਸ ਕੀਤਾ ਬਰਾਮਦ। ਅਧਿਕਾਰੀਆਂ ਮੁਤਾਬਕ ਬਲੈਕ ਬਾਕਸ ਤੋਂ ਮਿਲ ਸਕਦੀ ਹੈ ਹਾਦਸੇ ਤੋਂ ਪਹਿਲਾਂ ਘਟਨਾਕ੍ਰਮ ਨਾਲ ਜੁੜੀ ਅਹਿਮ ਜਾਣਕਾਰੀ। ਕੱਲ੍ਹ ਹੋਵੇਗਾ CDS ਜਨਰਲ ਬਿਪਿਨ ਰਾਵਤ ਦਾ ਅੰਤਮ ਸੰਸਕਾਰ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੰਸਦ 'ਚ ਦੱਸਿਆ ਕਿ ਪੂਰੇ ਫੌਜੀ ਸਨਮਾਨਾਂ ਨਾਲ ਦਿੱਤੀ ਜਾਵੇਗੀ ਸ਼ਹੀਦਾਂ ਨੂੰ ਅੰਤਿਮ ਵਿਦਾਈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਉਹਨਾਂ ਦੇ ਜਨਮ ਦਿਨ 'ਤੇ ਦਿੱਤੀਆਂ ਸ਼ੁਭਕਾਮਨਾਵਾਂ। PM ਮੋਦੀ ਨੇ ਟਵੀਟ ਕਰ ਲਿਖਿਆ, ਸ਼੍ਰੀਮਤੀ ਸੋਨੀਆ ਗਾਂਧੀ ਜੀ ਨੂੰ ਉਹਨਾਂ ਦੇ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ, ਮੈਂ ਉਹਨਾਂ ਦੀ ਲੰਬੀ ਉਮਰ ਅਤੇ ਚੰਗੀ ਸਿਹਤ ਦੀ ਪ੍ਰਾਰਥਨਾ ਕਰਦਾ ਹਾਂ। ਨਵੇਂ ਖੇਤੀ ਕਾਨੂੰਨਾਂ ਖਿਲਾਫ 1 ਸਾਲ ਦੀ ਲੜਾਈ ਲੜਨ ਮਗਰੋਂ ਮੋਰਚਾ ਫਤਿਹ ਕਰਕੇ ਕਿਸਾਨਾਂ ਨੇ ਘਰ ਵਾਪਸੀ ਦਾ ਕੀਤਾ ਐਲਾਨ। ਸਰਕਾਰ ਵੱਲੋਂ ਭੇਜੇ ਡਰਾਫਟ ਤੇ ਸਹਿਮਤੀ ਬਣਨ ਤੋਂ ਬਾਅਦ ਕੀਤੀ ਗਈ ਅਹਿਮ ਮੀਟਿੰਗ। ਸੰਯੁਕਤ ਕਿਸਾਨ ਮੋਰਚੇ ਨੇ ਕਿਸਾਨ ਅੰਦੋਲਨ ਖਤਮ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ 11 ਦਸੰਬਰ ਨੂੰ ਸਵੇਰੇ 9 ਵਜੇ ਕੀਤੀ ਜਾਵੇਗੀ ਘਰ ਵਾਪਸੀ।
ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋਏ ਸੁੱਚਾ ਸਿੰਘ ਛੋਟੇਪੁਰ, ਸੁਖਬੀਰ ਸਿੰਘ ਬਾਦਲ ਨੇ ਸਿਰੋਪਾ ਪਾ ਕੇ ਕੀਤਾ ਸਵਾਗਤ, ਨਾਲ ਹੀ ਛੋਟੇਪੁਰ ਨੂੰ ਪਾਰਟੀ ਦਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਕੀਤਾ ਨਿਯੁਕਤ ਅਤੇ ਬਚਾਲਾ ਦੀ ਸੀਟ ਤੋਂ ਬਣਾਇਆ ਉਮੀਦਵਾਰ। ਛੋਟੇਪੁਰ ਆਪਣੇ ਕਈ ਸਾਥੀਆਂ ਨਾਲ ਹੋਏ ਅਕਾਲੀ ਦਲ 'ਚ ਸ਼ਾਮਿਲ। ਲੁਧਿਆਣਾ ਵਿਖੇ ਪਹੁੰਚੇ ਪੰਜਾਬ ਸੀਐਮ ਚਰਨਜੀਤ ਸਿੰਘ ਚੰਨੀ ਨੇ ਜੰਗੇ ਆਜ਼ਾਦੀ ਦੇ ਪਹਿਲੇ ਸ਼ਹੀਦ ਬਾਬਾ ਮਹਾਰਾਜ ਸਿੰਘ ਦੀ ਮੂਰਤੀ ਦਾ ਕੀਤਾ ਉਦਘਾਟਨ। ਲੁਧਿਆਣਾ ਦੇ ਮਲੌਦ ਨੇੜੇ ਪਿੰਡ ਰੱਬੋ ਵਿਖੇ ਕਾਂਸੇ ਦਾ ਬਣਾਇਆ ਗਿਆ ਇਹ ਬੁੱਤ। ਇਸ ਮੌਕੇ ਸੰਸਦ ਮੈਂਬਰ ਅਮਰ ਸਿੰਘ, ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਵੀ ਰਹੇ ਮੌਜੂਦ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ 'ਚ ਹਾਈਕੋਰਟ ਵੱਲੋਂ SIT ਨੂੰ ਦਿੱਤੇ ਗਏ ਹੁਕਮ, ਡੇਰੇ ਦੇ ਵਾਈਸ ਚੇਅਰਮੈਨ ਪ੍ਰਿਥਵੀ ਰਾਜ ਨੈਣ ਤੋਂ ਡੇਰੇ ਜਾ ਕੇ ਕੀਤੀ ਜਾਵੇਗੀ ਪੁੱਛਗਿੱਛ। ਕੋਰਟ ਦਾ ਕਹਿਣਾ 60 ਸਾਲ ਤੋਂ ਜ਼ਿਆਦਾ ਉਮਰ ਦੇ ਵਿਅਕਤੀ ਤੋਂ ਉਸਦੇ ਕੋਲ ਜਾ ਕੇ ਹੀ ਕਰਨੀ ਹੋਵੇਗੀ ਪੁੱਛਗਿੱਛ। ਫਰੀਦਕੋਟ ਦੇ ਹਰਿੰਦਰਾ ਨਗਰ ਦੀ ਰਹਿਣ ਵਾਲੀ 17 ਸਾਲ ਦੀ ਨੈਸ਼ਨਲ ਸ਼ੂਟਰ ਖੁਸ਼ ਸੀਰਤ ਕੌਰ ਨੇ ਕੀਤਾ ਸੁਸਾਈਡ। ਇਸ ਸਾਲ ਕੋਈ ਮੈਡਲ ਨਾ ਮਿਲਣ ਕਰਕੇ ਸੀ ਪਰੇਸ਼ਾਨ। ਪਿਛਲੇ ਸਾਲ 11 ਨੈਸ਼ਨਲ ਗੋਲਡ ਮੈਡਲ ਜਿੱਤ ਚੁੱਕੀ ਸੀ ਖੁਸ਼ ਸੀਰਤ ਕੌਰ, ਸਵਿਮਿੰਗ 'ਚ ਵੀ ਜਿੱਤਿਆ ਸੀ ਗੋਲਡ ਮੈਡਲ। ਤਾਮਿਲਨਾਡੂ ਦੇ ਕਨੂਰ ਵਿੱਚ ਹੈਲੀਕਾਪਟਰ ਕ੍ਰੈਸ਼ ਹਾਦਸੇ 'ਚ ਸੈਨਾ ਦੇ CDS ਬਿਪਿਨ ਰਾਵਤ, ਉਹਨਾਂ ਦੀ ਪਤਨੀ ਮਧੁਲਿਕਾ ਸਣੇ 13 ਲੋਕਾਂ ਦੀ ਮੌਤ ਹੋਈ, ਜਿਸ 'ਚ ਤਰਨ ਤਾਰਨ ਦੇ ਪਿੰਡ ਦੋਦੋ ਸੋਡੀਆਂ ਦਾ ਰਹਿਣ ਵਾਲਾ ਇੱਕ ਜਵਾਨ ਵੀ ਸ਼ਹੀਦ ਹੋ ਗਿਆ। ਨਾਇਕ ਗੁਰਸੇਵਕ ਸਿੰਘ ਬਿਪਿਨ ਰਾਵਤ ਸੁਰੱਖਿਆ ਦੇ ਦਸਤੇ ਦਾ ਮੈਂਬਰ ਸੀ। ਸ਼ਹਾਦਤ ਦੀ ਖਬਰ ਸੁਣਦਿਆਂ ਹੀ ਗੁਰਸੇਵਕ ਦੇ ਘਰ ਅਤੇ ਇਲਾਕੇ ਵਿੱਚ ਛਾਇਆ ਮਾਤਮ। ਦੇਸ਼ ਦੇ ਪਹਿਲੇ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਦੀ ਹੈਲੀਕਾਪਟਰ ਹਾਦਸੇ ਵਿੱਚ ਮੌਤ ਦੇ ਸੰਬੰਧ ਵਿੱਚ ਰੱਖਿਆ ਮੰਤਰੀ ਰਾਜਨਾਥ ਨੇ ਅੱਜ ਲੋਕ ਸਭਾ ਨੂੰ ਸੰਬੋਧਿਤ ਕਰਦਿਆਂ ਦੱਸਿਆ ਕਿ ਤਿੰਨਾਂ ਸੈਨਾਵਾਂ ਦੇ ਟੀਮ ਨੇ ਏਅਰ ਮਾਰਸ਼ਲ ਮਨਵਿੰਦਰ ਸਿੰਘ ਦੀ ਅਗਵਾਈ 'ਚ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਰੱਖਿਆ ਅਧਿਕਾਰੀਆਂ ਨੇ ਤਾਮਿਲਨਾਡੂ ਵਿੱਚ ਹਾਦਸਾ ਗ੍ਰਸਤ ਹੋਏ ਭਾਰਤੀ ਹਵਾਈ ਸੈਨਾ ਦੇ ਹੈਲੀਕਾਪਟਰ ਦਾ ਫਲਾਈਟ ਰਿਕਾਰਡਰ ਯਾਨੀ ਬਲੈਕ ਬਾਕਸ ਕੀਤਾ ਬਰਾਮਦ। ਅਧਿਕਾਰੀਆਂ ਮੁਤਾਬਕ ਬਲੈਕ ਬਾਕਸ ਤੋਂ ਮਿਲ ਸਕਦੀ ਹੈ ਹਾਦਸੇ ਤੋਂ ਪਹਿਲਾਂ ਘਟਨਾਕ੍ਰਮ ਨਾਲ ਜੁੜੀ ਅਹਿਮ ਜਾਣਕਾਰੀ। ਕੱਲ੍ਹ ਹੋਵੇਗਾ CDS ਜਨਰਲ ਬਿਪਿਨ ਰਾਵਤ ਦਾ ਅੰਤਮ ਸੰਸਕਾਰ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੰਸਦ 'ਚ ਦੱਸਿਆ ਕਿ ਪੂਰੇ ਫੌਜੀ ਸਨਮਾਨਾਂ ਨਾਲ ਦਿੱਤੀ ਜਾਵੇਗੀ ਸ਼ਹੀਦਾਂ ਨੂੰ ਅੰਤਿਮ ਵਿਦਾਈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਉਹਨਾਂ ਦੇ ਜਨਮ ਦਿਨ 'ਤੇ ਦਿੱਤੀਆਂ ਸ਼ੁਭਕਾਮਨਾਵਾਂ। PM ਮੋਦੀ ਨੇ ਟਵੀਟ ਕਰ ਲਿਖਿਆ, ਸ਼੍ਰੀਮਤੀ ਸੋਨੀਆ ਗਾਂਧੀ ਜੀ ਨੂੰ ਉਹਨਾਂ ਦੇ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ, ਮੈਂ ਉਹਨਾਂ ਦੀ ਲੰਬੀ ਉਮਰ ਅਤੇ ਚੰਗੀ ਸਿਹਤ ਦੀ ਪ੍ਰਾਰਥਨਾ ਕਰਦਾ ਹਾਂ।